वेलकम टू ऑल ऑफ दी, स्वागत है तुहाडे अपने चैनल एम एस डब्ल्यू स्टडी दे विच। और गल करांगे पिछले समय दे विच जिहड़ियां पी ट्रिपल्स बोर्ड वालों जिहड़ियां क्लर्क आईटी क्लर्क लेखा और जिहड़ियां असामियां दित्तियां गईआं सी, इन्हां असामियां दे लई इक जिहड़ी गुड न्यूज़ कह सकदे आ। काफी टाइम तो स्टूडेंट वेट कर रहे सी, बहुत सारे स्टूडेंट दी जिहड़ी टाइपिंग टेस्ट हो चुके हैं। 26/7/2022 नूं होए जिहड़ा टाइपिंग टेस्ट सी, जां 22/7/2022 नूं जिहड़ा टाइपिंग टेस्ट होया सी, तां उस वास्ते काउंसलिंग मिति पा दी गई है। काउंसलिंग मिति दे विच लिस्ट की है उस नूं दिखाना, लिस्ट कित्थों डाउनलोड करनी है ओह भी सानूं मैं दस दिंदा। पर हुण जे गल कर लईए, तुसीं देख सकदे हो इत्थे प्रॉपर काउंसलिंग जिहड़ी हो रही है 3/8 तों लैके 3/10 तक हो रही है। ठीक है, टाइपिंग टेस्ट विच जिहड़ा सफल उम्मीदवारां नूं जिहड़ा टाइम अनुसार काउंसलिंग कित्थे होणी है, जल स्रोत भवन सेक्टर 68 मोहाली विखे हाजिर होना पएगा तुहानूं। ते इत्थे इन्हां ने कुछ फॉर्म दित्ते, एनेक्सर एफ वाला फॉर्म हैगा, ठीक है, ए बी सी, ये सारे फॉर्म हैगे नीचे तुसीं देख सकदे हो। ये सारे तुहानूं नत्थी करने पैणगे, मैं तुहानूं दिखा दिंदा नीचे फॉर्म जिहड़े शो करदे आ। तां ये सारे फॉर्म तुसीं नत्थी करके लिजाणे आ, देख सकदे हो एनेक्सर ए, इस तरह अगे फॉर्म बी वाला, ठीक है। और उस तो बाद सारा कुछ इन्होंने लिखा है, ये पीडीएफ जिहड़ा तुसीं अपने टेलीग्राम चैनल तों जाके डाउनलोड कर सकदे हो। ठीक है, की चीज़ां तुसीं नाल लैके जाणियां ने। और ये गुड न्यूज़ कह सकते हैं आपां, देखो कोविड वाला भी इन्होंने मंगिया, ठीक है, ਇਹਦੇ ਵਿੱਚ ਵੀ ਕੁਝ ਜਿਹੜੀਆਂ ਤੁਹਾਡੀਆਂ ਮਾੜੀਆਂ ਮੋਟੀਆਂ ਹੋਏਗੀਆਂ ਤੁਸੀਂ ਫਿਲ ਅਪ ਕਰਨੀਆਂ ਹੋਣੀਆਂ। ਉਸ ਤੋਂ ਬਾਅਦ ਇੱਕ ਹੋਰ ਫਾਰਮ ਜਿਹੜਾ ਤੁਸੀਂ ਲੈਕਚਰ ਈ ਵਾਲਾ, ਠੀਕ ਹੈ, ਇਸ ਤੋਂ ਇਲਾਵਾ ਕੁਝ ਹੋਰ ਫਾਰਮ ਹੈਗੇ ਆ। ਇਸ ਤੋਂ ਬਾਅਦ ਦੇਖੋ ਲੈਕਚਰ ਐਪ ਦੇ ਵਿੱਚ ਕੀ ਹੈ, ਕਲਰਕ ਆਈਟੀ ਦੀ ਜਿਹੜੀ ਲਿਸਟ ਪਾਈ ਗਈ ਆ, ਕਿਹੜੇ ਕੈਂਡੀਡੇਟ ਨੂੰ ਬੁਲਾਇਆ ਗਿਆ। ਦੇਖੋ 784 ਨੰਬਰ ਕੈਂਡੀਡੇਟ ਜਿਹੜਾ ਸਭ ਤੋਂ ਜ਼ਿਆਦਾ ਅੰਕਾਂ ਵਾਲਾ ਹੈਗਾ, ਠੀਕ ਹੈ, ਅੰਮ੍ਰਿਤਪਾਲ ਪਾਠਕ ਇੱਥੇ ਲਿਖਿਆ ਹੋਇਆ, ਠੀਕ ਹੈ। ਤੋ ਇਸ ਤੋਂ ਇਲਾਵਾ ਬਾਕੀ ਸਾਰਿਆਂ ਦੀ ਲਿਸਟ ਇਸ ਤਰ੍ਹਾਂ ਹੈਗੀ ਹੈ, ਤੁਹਾਨੂੰ ਮਿਲ ਜਾਏਗੀ ਲਿਸਟ ਦੇ ਵਿੱਚ, ਠੀਕ ਹੈ। ਕੰਟੀਨਿਊ ਕਿੰਨੇ ਸਟੂਡੈਂਟ ਬੁਲਾਏ ਗਏ, ਲਗਭਗ 2500 ਸਟੂਡੈਂਟ ਕਲਰਕ ਵਾਸਤੇ ਬੁਲਾਏ ਗਏ ਨੇ, ਠੀਕ ਹੈ। ਮੈਂ ਤੁਹਾਨੂੰ ਦਿਖਾ ਦੇਣਾ, 2500 ਸਟੂਡੈਂਟ ਆਪਣੀ ਲਿਸਟ ਦੇ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ। 2500 ਸਟੂਡੈਂਟ ਕਲਰਕ ਵਾਸਤੇ ਬੁਲਾਏ ਗਏ ਨੇ, ਲਾਸਟ ਸਟੂਡੈਂਟ ਤੇ ਚੱਲਦੇ ਆ ਬਿਲਕੁਲ, ਠੀਕ ਹੈ, 2500 ਦੇ ਲਗਭਗ। ਤੇ ਕਲਰਕ ਆਈਟੀ ਦੇ ਵਿੱਚ ਕਿੰਨੇ ਆਏ ਜਾਂ ਅਕਾਊਂਟੈਂਟ ਦੇ ਵਿੱਚ ਕਿੰਨੇ ਬੁਲਾਏ ਗਏ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਥੋੜਾ ਜਿਹਾ ਵੇਟ ਕਰੋ, 1 ਸੈਕਿੰਡ ਦਾ ਜਿਹੜਾ ਟਾਈਮ ਦਿਓ, ਠੀਕ ਹੈ। ਇਹ ਤੁਸੀਂ ਦੇਖ ਸਕਦੇ ਲਗਭਗ 2300 ਹੋ ਚੁੱਕਿਆ, ਠੀਕ ਹੈ, 2400 ਪਲੱਸ, ਆ ਦੇਖੋ ਇੱਥੇ ਲਾਸਟ ਇੱਥੇ ਤੱਕ 2555 ਸਟੂਡੈਂਟ ਜਿਹੜੇ ਕਲਰਕ ਦੇ ਬੁਲਾਏ ਗਏ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਕਲਰਕ ਆਈਟੀ, ਕਲਰਕ ਆਈਟੀ ਦੇ ਵਿੱਚ ਕਿੰਨੇ ਬੁਲਾਏ ਗਏ ਨੇ ਉਹ ਤੁਸੀਂ ਦੇਖ ਸਕਦੇ ਹੋ। ਸਾਰੇ ਸਟੂਡੈਂਟ ਕਾਉਂਸਲਿੰਗ ਵਾਸਤੇ ਕਲਰਕ ਆਈਟੀ ਦਾ ਜਿਹੜੇ ਵੱਧ ਤੋਂ ਵੱਧ ਨੰਬਰ ਤੁਸੀਂ ਦੇਖਦੇ ਹੋ, 85 ਰਿਟਨ ਮਾਰਕਸ ਦੇ ਇੱਥੇ ਦਿਖਾਏ ਗਏ ਹੈ, ਠੀਕ ਹੈ। ਕਲਰਕ ਆਈਟੀ ਦੇ ਵਿੱਚ ਚੈੱਕ ਕਰਦੇ ਇੱਕ ਵਾਰ, ਹਾਂ ਕਲਰਕ ਆਈਟੀ 300 ਦੇ ਲਗਭਗ ਸਟੂਡੈਂਟ ਬੁਲਾਏ ਗਏ ਨੇ, 335। ਔਰ ਕਲਰਕ ਅਕਾਊਂਟੈਂਟਸ ਦੇ ਵਿੱਚ ਕਿੰਨੇ ਸਟੂਡੈਂਟ ਬੁਲਾਏ ਗਏ ਨੇ, ਆਪਣੀ ਲਿਸਟ, ਇਸ ਲਿਸਟ ਦੇ ਵਿੱਚ ਤੁਸੀਂ ਆਪਣਾ ਨਾਮ ਜਾਂ ਆਪਣਾ ਰੋਲ ਨੰਬਰ ਦੇ ਅਕੋਰਡਿੰਗ, ਆਪਣੇ ਫਾਦਰ ਦੇ ਨਾਮ ਦੇ ਅਕੋਰਡਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਲਿਸਟ, ਠੀਕ ਹੈ ਜੀ। 317 ਸਟੂਡੈਂਟ ਇਸ ਦੇ ਵਿੱਚ ਬੁਲਾਏ ਗਏ ਨੇ, ਤਾਂ ਇਹ ਤਿੰਨੋਂ ਹੀ ਲਿਸਟਾਂ ਪਾ ਦਿੱਤੀਆਂ ਗਈਆਂ, ਠੀਕ ਹੈ, ਐਂਡ ਆਫ ਕਾਉਂਸਲਿੰਗ ਲਿਸਟ, ਠੀਕ ਹੈ। ਕਾਉਂਸਲਿੰਗ ਲਈ ਬੁਲਾਏ ਗਏ ਨੇ, ਨਾ ਕਿ ਇਹ ਜਿਹੜੇ ਸਟੂਡੈਂਟ ਬੁਲਾਏ ਗਏ ਕਿ ਉਹਨਾਂ ਦੀ ਜੋਬ ਪੱਕੀ ਹੋ ਜਾਏਗੀ, ਠੀਕ ਹੈ। ਤਾਂ ਇੱਕ ਵਾਰੀ ਕਾਉਂਸਲਿੰਗ ਹੋਏਗੀ, ਕਾਉਂਸਲਿੰਗ ਦੀ ਜਿਹੜੀ ਤੁਹਾਨੂੰ ਤਰੀਕ ਜਿਹੜੀ ਮੈਂ ਦੱਸ ਦਿੱਤੀ ਹੈਗੀ ਆ, ਠੀਕ ਹੈ, ਮੇਨ ਜਿਹੜਾ ਨੋਟਸ ਹੈਗਾ ਤੁਸੀਂ ਉਹ ਵੀ ਪੜ੍ਹ ਸਕਦੇ ਹੋ। ਸੋ ਜਿੰਨੇ ਵੀ ਸਟੂਡੈਂਟਾਂ ਨੇ ਪੇਪਰ ਦਿੱਤਾ ਸੀ ਟਾਈਪਿੰਗ ਟੈਸਟ ਜਿਨ੍ਹਾਂ ਦਾ ਹੋ ਚੁੱਕਿਆ, ਤਾਂ ਉਹ ਕਾਉਂਸਲਿੰਗ ਆਪਣੀ ਕਰ ਸਕਦੇ ਆ। ਕਿੱਥੇ ਕਰ ਸਕਦੇ ਆ, ਜਿਹੜਾ ਤੁਹਾਡੇ ਸਾਹਮਣੇ ਜਿਹੜਾ ਦੱਸਿਆ ਹੈਗਾ ਤੁਹਾਨੂੰ ਮੈਂ, ਇਹ ਵਾਲਾ ਪਰਫਾਰਮਾ ਹੈਗਾ, ਤੇ ਇਹਦੇ ਨਾਲ ਜਿਹੜੇ ਕੁਝ ਫਾਰਮ ਹੈਗੇ ਦਿੱਤੇ ਉਹ ਤੁਸੀਂ ਭਰ ਕੇ ਲਿਜਾਣੇ ਆ, ਠੀਕ ਹੈ ਜੀ। ਸੋ ਕਾਉਂਸਲਿੰਗ ਡੇਟ ਤੁਹਾਡੀ ਆ ਚੁੱਕੀ ਹੈ। ਔਰ ਕਿਸੇ ਦਾ ਵੀ ਕੋਈ ਕਮੈਂਟ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਨੀਚੇ ਕਮੈਂਟ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਆਪਣੇ ਚੈਨਲ ਜੁੜੇ ਰਹੋ, ਪੰਜਾਬ 'ਚ ਆਉਣ ਵਾਲੀ ਕੋਈ ਵੀ ਨਵੀਂ ਜਾਣਕਾਰੀ ਨਵੀਂ ਖਬਰ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ, ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਦੇ ਵਿੱਚ।